ਰਵਾ ਰਹੀ ਹੈ ਮਹਿੰਗਾਈ। ਕਦੀਨਾ ਕਿਵੇਂ ਆ? ਵੀਰ ਗੁੱਟੀ, ਵੀਰ ਗੁੱਟੀ। ਸਿਰਫ ਪਿਆਜ਼ ਟਮਾਟਰ ਹੀ ਨਹੀਂ, ਹੋਰ ਸਬਜ਼ੀਆਂ ਦੇ ਵੀ ਵੱਧ ਗਏ ਨੇ ਭਾਅ। ਕੱਟ ਲਾ ਲਾ ਯਾਰ, ਦੱਸਦੀ ਰਹਿਣਾ, ਦੱਸਦੀ ਰਹਿਣਾ। ਸੁਣੋ ਪੂਰੀ ਰੇਟ ਲਿਸਟ। 80 ਰੁਪਏ ਕਿਲੋ, ਬਾਕੀ ਕੁਝ ਬਚਾ ਨਾ, ਮਹਿੰਗਾਈ ਮਾਰ ਗਈ, ਮਹਿੰਗਾਈ ਮਾਰ ਗਈ। 80 ਰੁਪਏ ਕਿਲੋ। ਦੇਸ਼ ਭਰ ਦੇ ਵਿੱਚ ਟਮਾਟਰ, ਪਿਆਜ਼ ਅਤੇ ਹੋਰ ਸਬਜ਼ੀਆਂ ਦੀਆਂ ਵਧਦੀਆਂ ਕੀਮਤਾਂ ਨੇ ਘਰੇਲੂ ਰਸੋਈਆਂ ਤੋਂ ਲੈ ਕੇ ਹੋਟਲ ਮਾਲਕਾਂ ਤੱਕ ਸਾਰਿਆਂ ਦਾ ਬਜਟ ਵਿਗਾੜ ਕੇ ਰੱਖ ਦਿੱਤਾ। ਪਹਿਲਾਂ ਟਮਾਟਰ ਤੇ ਪਿਆਜ਼ ਦੇ ਭਾਅ ਅਚਾਨਕ ਵੱਧ ਗਏ ਤੇ ਹੁਣ ਸਬਜ਼ੀਆਂ ਵੀ ਮਹਿੰਗੀਆਂ ਹੋਣ ਲੱਗ ਪਈਆਂ ਨੇ। ਦੇਸ਼ ਭਰ ਦੇ ਵਿੱਚ ਟਮਾਟਰ ਦੀ ਕੀਮਤ 80 ਰੁਪਏ ਤੋਂ 100 ਰੁਪਏ ਤੱਕ ਵੱਧ ਚੁੱਕੀ ਹੈ। ਇਸ ਦੇ ਨਾਲ ਹੀ ਪਿਆਜ਼ ਵੀ ਮਹਿੰਗਾਈ ਦੇ ਕਾਰਨ ਲੋਕਾਂ ਨੂੰ ਰਵਾ ਰਿਹਾ। ਇਸਦੀ ਕੀਮਤ ਵੀ 45 ਤੋਂ 50 ਰੁਪਏ ਦੇ ਵਿਚਕਾਰ ਹੈ। ਅਸੀਂ ਦੇਸ਼ ਦੇ ਕੁਝ ਰਾਜਾਂ ਦੀ ਸਬਜ਼ੀ ਮੰਡੀ ਦੀ ਗੱਲ ਕਰਾਂਗੇ ਜਿੱਥੇ ਟਮਾਟਰ ਅਤੇ ਪਿਆਜ਼ ਸਮੇਤ ਕਈ ਕਿਸਮਾਂ ਦੀਆਂ ਸਬਜ਼ੀਆਂ ਦੀਆਂ ਕੀਮਤਾਂ 50 ਰੁਪਏ ਪ੍ਰਤੀ ਕਿਲੋ ਤੋਂ ਉੱਪਰ ਨੇ। ਖਾਸ ਕਰਕੇ ਪੰਜਾਬ ਅਤੇ ਦੇਸ਼ ਦੇ ਹੋਰ ਰਾਜਾਂ ਦੇ ਵਿੱਚ ਅਤੇ ਉੱਤਰੀ ਤੇ ਮੱਧ ਭਾਰਤ ਦੇ ਰਾਜਾਂ, ਮੱਧ ਪ੍ਰਦੇਸ਼, ਯੂਪੀ, ਬਿਹਾਰ, ਰਾਜਸਥਾਨ ਦੀਆਂ ਵਧੀਆਂ ਕੀਮਤਾਂ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ। ਸਭ ਤੋਂ ਪਹਿਲਾਂ ਗੱਲ ਕਰਾਂਗੇ ਚੰਡੀਗੜ੍ਹ ਸਬਜ਼ੀ ਮੰਡੀ ਦੇ ਰੇਟਾਂ ਦੀ। ਟਮਾਟਰ 80 ਤੋਂ 85 ਰੁਪਏ ਕਿਲੋ, ਅਦਰਕ 240 ਤੋਂ 250 ਰੁਪਏ ਕਿਲੋ, ਪਿਆਜ਼ 45 ਤੋਂ 50 ਰੁਪਏ ਕਿਲੋ, ਲਸਣ 200 ਤੋਂ 220 ਰੁਪਏ ਪ੍ਰਤੀ ਕਿਲੋ, ਆਲੂ 40 ਤੋਂ 50 ਰੁਪਏ ਕਿਲੋ, ਮਟਰ 150 ਤੋਂ 160 ਰੁਪਏ ਕਿਲੋ, ਗੋਭੀ 100 ਤੋਂ 120 ਰੁਪਏ ਪ੍ਰਤੀ ਕਿਲੋ, ਸ਼ਿਮਲਾ ਮਿਰਚ 74 ਤੋਂ 80 ਰੁਪਏ ਪ੍ਰਤੀ ਕਿਲੋ, ਹਰੀ ਮਿਰਚ 55 ਤੋਂ 60 ਰੁਪਏ ਪ੍ਰਤੀ ਕਿਲੋ। ਬੈਂਗਣ ਦੀ ਗੱਲ ਕਰ ਲੈਂਦੇ ਹਾਂ ਤਾਂ 50 ਤੋਂ 55 ਰੁਪਏ ਕਿਲੋ ਬੈਂਗਣ ਦਾ ਰੇਟ ਹੋ ਗਿਆ। ਜੁਚੀਨੀ 65 ਤੋਂ 70 ਰੁਪਏ ਪ੍ਰਤੀ ਕਿਲੋਗ੍ਰਾਮ। ਅਰਬੀ ਦੀ ਗੱਲ ਕਰੀਏ ਤਾਂ 55 ਤੋਂ 60 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਇਸਦਾ ਵੀ ਰੇਟ ਪਹੁੰਚ ਚੁੱਕਿਆ। ਤਾਂ ਹੁਣ ਕਰੇਲੇ ਦੀ ਗੱਲ ਕਰੀਏ, 60 ਤੋਂ 70 ਰੁਪਏ ਪ੍ਰਤੀ ਕਿਲੋਗ੍ਰਾਮ। ਤਾਂ ਇਹ ਸਨ ਸਬਜ਼ੀ ਮੰਡੀ ਚੰਡੀਗੜ੍ਹ ਦੇ ਰੇਟ। ਹੁਣ ਆਪਾਂ ਗੱਲ ਕਰਾਂਗੇ ਭੋਪਾਲ ਦੇ ਵਿੱਚ ਸਬਜ਼ੀਆਂ ਦੀਆਂ ਕੀਮਤਾਂ ਦੀ। ਟਮਾਟਰ 100 ਰੁਪਏ ਕਿਲੋ, ਕਰੇਲਾ 80 ਰੁਪਏ ਪ੍ਰਤੀ ਕਿਲੋ, ਸ਼ਿਮਲਾ ਮਿਰਚ 80 ਰੁਪਏ ਪ੍ਰਤੀ ਕਿਲੋ, ਲੌਕੀ 40 ਤੋਂ 60 ਰੁਪਏ ਪ੍ਰਤੀ ਕਿਲੋ, ਆਲੂ 40 ਤੋਂ 50 ਰੁਪਏ ਕਿਲੋ, ਪਿਆਜ਼ 40 ਤੋਂ 50 ਰੁਪਏ ਕਿਲੋ, ਹਰੀ ਮਿਰਚ 200 ਰੁਪਏ ਕਿਲੋ, ਧਨੀਆ 300 ਰੁਪਏ ਪ੍ਰਤੀ ਕਿਲੋ। ਬਿਹਾਰ ਦੇ ਵਿੱਚ ਸਬਜ਼ੀਆਂ ਦੇ ਰੇਟਾਂ ਦੀ ਗੱਲ ਕਰ ਲਈਏ ਤਾਂ ਭਿੰਡੀ, ਸਭ ਤੋਂ ਪਹਿਲਾਂ ਭਿੰਡੀ ਦੀ ਗੱਲ ਕਰਦੇ ਹਾਂ, 50 ਤੋਂ 60 ਰੁਪਏ ਪ੍ਰਤੀ ਕਿਲੋ ਤੱਕ ਭਿੰਡੀ ਦਾ ਰੇਟ ਪਹੁੰਚ ਚੁੱਕਿਆ। ਪਰਵਲ 40 ਤੋਂ 60 ਰੁਪਏ ਪ੍ਰਤੀ ਕਿਲੋ, ਨੇਨੂਆ 40 ਤੋਂ 50 ਰੁਪਏ ਪ੍ਰਤੀ ਕਿਲੋ, ਕੱਦੂ 40 ਤੋਂ 50 ਰੁਪਏ ਪ੍ਰਤੀ ਕਿਲੋ, ਟਮਾਟਰ 80 ਤੋਂ 100 ਰੁਪਏ ਪ੍ਰਤੀ ਕਿਲੋ, ਕਰੇਲਾ 50 ਤੋਂ 60 ਰੁਪਏ ਪ੍ਰਤੀ ਕਿਲੋ, ਪਿਆਜ਼ 45 ਤੋਂ 50 ਰੁਪਏ ਪ੍ਰਤੀ ਕਿਲੋ, ਆਲੂ 40 ਤੋਂ 50 ਰੁਪਏ ਪ੍ਰਤੀ ਕਿਲੋ, ਧਨੀਆ 300 ਰੁਪਏ ਪ੍ਰਤੀ ਕਿਲੋ, ਹਰੀ ਮਿਰਚ 80 ਪ੍ਰਤੀ ਕਿਲੋ, ਅਦਰਕ 200 ਰੁਪਏ ਪ੍ਰਤੀ ਕਿਲੋ।